ਸਨ। ਮੈਂ ਇਜਾਜ਼ਤ ਕਹਿੰਦੀ ਹੈ ਚੌਧਰੀ ਨਜ਼ਾਕਤ ਸਾਹਿਬ ਕੋਲੋਂ, ਚੌਧਰੀ ਮਿਹਰਬਾਨ ਸਾਹਿਬ ਕੋਲੋਂ ਔਰ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਆਲ ਮੁਕੀਮ ਯੂਕੇ ਪਹਿਲਵਾਨ ਰਾਸਬ ਸਾਹਿਬ, ਮੈਂ ਲਿਹਾਜ਼ ਕਰਨ ਵਾਲਾ ਬੰਦਾ ਨਾ ਭਾਵੇਂ ਕੋਈ ਵੀ ਹੋਵੇ, ਤੁਸਾਂ ਦੀ ਇੱਜ਼ਤ ਆਪਣੀ ਹੈ, ਸਾਡੀ ਇੱਕ ਆਪਣੀ ਹੈ। ਮੇਲੇ ਦਾ ਸ਼ੁਗਲ ਹੈ, ਸ਼ੁਗਲ ਕੀ ਕਾਮਯਾਬ ਕਰੋ, ਇਸ ਸਕਾਫਤ ਕੀ ਕਾਮਯਾਬ ਕਰੋ, ਵਰਨਾ ਇਸ ਦਾ ਬੇੜਾ ਪਿਆ ਗਰਕ ਹੋਣਾ। ਅਸੀਂ ਬੇਅਦ ਮਮਨੂਨ ਹਾਂ, ਮਾਜ਼ੀ ਨੇ ਇੱਕ ਨਾਮ ਇਸ ਬਾਦੂਗੀਰੀ ਵਿੱਚ, ਅੱਜ ਵੀ ਉਹਨਾਂ ਨੂੰ ਸ਼ੌਕ ਦਿੰਦਾ ਬਾਬਾ ਖਾਨ। ਆਪਣੀਆਂ ਕੋਸ਼ਿਸ਼ਾਂ ਤੇ ਕਾਵਿਸ਼ਾਂ ਇਹਨਾਂ ਜਾਰੀ ਰੱਖੀਆਂ ਤੇ ਮੁਬਾਰਕਬਾਦ ਨੇ ਮੁਸਤਹਿਕ। ਇਸੇ ਤਰ੍ਹਾਂ ਕੁਝ ਦੋਸਤ ਉੱਥੇ ਵੀ ਇਸ ਪ੍ਰੋਗਰਾਮ ਵਾਸਤੇ ਕੋਸ਼ਿਸ਼ਾਂ, ਜਿਹਨਾਂ ਇਸ ਸਕਾਫਤ ਕੇ ਜ਼ਿੰਦਾ ਰੱਖਿਆ, ਲੇਕਿਨ ਇੱਥੇ ਕੁਝ ਦੋਸਤ ਇਸ ਸਕਾਫਤ ਕੇ ਜ਼ਿੰਦਾ ਰੱਖਣ ਵਾਸਤੇ ਬੜੇ ਮੁਤਹਰਕ ਔਰ ਕੁਝ ਦੋਸਤ ਇਸ ਸਕਾਫਤ ਕੇ ਖਤਮ ਕਰਨ ਦੇ ਵੀ ਪਿੱਛੇ ਪਏ। ਹੁਣ ਮੁਕਾਬਲਾ ਆਇਆ ਇਸ ਸਕਾਫਤ ਕੇ ਖਤਮ ਕਰਨ ਵਾਲੇ ਕਾਮਯਾਬ ਹੋਣੇ ਨੇ ਜਾਂ ਸਕਾਫਤ ਕੇ ਜ਼ਿੰਦਾ ਰੱਖਣ ਵਾਲੇ ਕਾਮਯਾਬ ਹੋਣੇ ਨੇ। ਜਿੱਤ ਹਮੇਸ਼ਾ ਸੱਚ ਨਹੀਂ ਹੋਣੀ ਹੈ, ਅੱਲਾ ਅੱਜ ਚੌਦੇ ਸੁਬਹ ਸਾਹਿਬ ਆਪਣੇ ਦੋਸਤ ਰਾਜਾ ਪਰਵੇਜ਼ ਸਾਹਿਬ ਤਸ਼ਰੀਫ ਲਿਆਏ ਹੋ, ਸਾਡੀ ਇਸ ਰੌਣਕ ਦੁਬਾਲਾ ਕੀਤਾ ਹੈ। ਚੌਧਰੀ ਮੁਸ਼ਤਾਕ ਸਾਹਿਬ ਡਡਿਆਲ ਯੂਕੇ ਤੋਂ ਆਏ ਹੋਏ ਸਾਡੇ ਦੋਸਤ, ਸਾਡੇ ਇਸ ਪ੍ਰੋਗਰਾਮ ਵਿੱਚ ਮੌਜੂਦ ਪਹਿਲਵਾਨ ਸਰਵਰ ਸਾਹਿਬ, ਜਿਨਾਬ ਪਹਿਲਵਾਨ ਲਾਲਾ ਹੁਕਮਦਾਰ ਸਾਹਿਬ ਅਪਲੋਟ ਮੀਰਪੁਰ, ਚੌਧਰੀ ਗੁਲਜ਼ਾਰ ਸਾਹਿਬ ਅਪਲੋਟ ਮੀਰਪੁਰ, ਰਾਜਾ ਜਮਸ਼ੈਦ ਸਾਹਿਬ ਅਬੂਥੀ, ਰਾਜਾ ਮੁਖਤਾਰ ਸਾਹਿਬ ਅਬੂਥੀ, ਪਹਿਲਵਾਨ ਸਮੁੰਦਰ ਸਾਹਿਬ ਅਬੂਥੀ ਔਰ ਰਾਜਾ ਅਲਿਆ ਸਾਹਿਬ, ਸ੍ਰੀ ਖੋਰਟਾ ਆਪਣੇ ਵਾਅਦੇ ਦੇ ਮੁਤਾਬਕ ਤਸ਼ਰੀਫ ਲਿਆਏ ਔਰ ਅਸੀਂ ਉਹਨਾਂ ਆਖਿਆ ਵੀ ਸ਼ੌਕੀਨ ਮਾਯੂਸ ਨਾ ਹੋਵਣ, ਉਹ ਸਾਡੇ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ। ਕੁਝ ਦੋਸਤ ਸ਼ੱਕ ਚ ਹੋ ਗਏ ਹੋ ਸਨ ਕਿ ਮੈਂ ਕਿਆ ਪਾਉਣਾ ਪਿਆ। ਚੰਦ ਦਿਨ ਪਹਿਲਾਂ ਉਹਨਾਂ ਨੇ ਰਿਸ਼ਤੇ ਟੋਲੀ ਉਹ ਟੋਲੀ ਉਹ ਯਾਰ ਬੜੇ ਬੇਸੁਰੇ ਟੋਲੀ ਹੋ ਤੁਸੀਂ, ਉਹ ਮਾਰਨੇ ਸੁਰਿਆ ਵਿੱਚ ਉਹ ਹੈ ਬੇਸੁਰੇ, ਹੋ ਗੱਲ ਸੁਣ ਲੈਣਾ, ਉਹ ਬੇਸੁਰੇ ਹੋ ਜਾਣਾ ਬੰਦਾ। ਲਓ ਜੀ ਮੁਕਾਮੀ ਟੀਮ ਪਹਿਲਵਾਨ ਵਸੀਮ ਆਜ਼ਮ, ਜਿਸ ਨੂੰ ਮੈਂ ਤਾਰੀਫ ਕਰਾਇਆ ਕਿ USA ਤੋਂ ਆਏ ਔਰ ਚਾਰ ਪੰਜ ਸਾਲ ਤੋਂ ਬਾਅਦ ਆਪਣੇ ਇਸ ਇਲਾਕੇ ਦੀ ਸ਼ੁਗਲ ਤਕਾਉਣ ਵਾਸਤੇ ਉਹਨਾਂ ਨੇ ਹੌਸਲੇ ਜਵਾਨ ਉਹਨਾਂ ਨਾਲ ਉਹਨਾਂ ਨੇ ਤਾਇਆ ਸਾਬਰ ਸਾਹਿਬ ਔਰ ਚੌਧਰੀ ਮਹਿਮੂਦ ਸਾਹਿਬ, ਪਹਿਲਵਾਨ ਨਾਸਰ, ਸ਼ੇਰਬਾਦ ਖਾਨ
ਸੀਨੀਅਰ ਵਜ਼ੀਰ ਹਕੂਮਤੀ ਆਜ਼ਾਦ ਜੰਮੂ ਕਸ਼ਮੀਰ ਦੇ ਸਾਬਕਾ ਦੇ ਮਲਿਕ ਵਕਾਰ ਸਾਹਿਬ, ਮਲਿਕ ਵਕਾਰ ਸਾਹਿਬ ਤਸ਼ਰੀਫ ਲਿਆਏ, ਅਸੀਂ ਉਹਨਾਂ ਦੀ ਖੁਸ਼ ਆਮਦੇਦ ਆਖ ਰਹੇ ਜੀ। ਜ਼ਿੰਦਾਬਾਦ ਜੀ। ਪਹਿਲਵਾਨ ਵਸੀਮ ਸਮੁੰਦਰ, ਪਹਿਲਵਾਨ ਨਾਸਰ, ਪਹਿਲਵਾਨ ਉਸਾਮਾ ਸਦੀਕ, ਸ਼ੇਰਬਾਜ਼ ਖਾਨ,